ਅੱਗ ਲਾਉਣ ਦਾ ਆਪਣਾ ਵੱਖਰਾ ਹੀ ਮਜ਼ਾ ਵਾ ਹੈ। ਜੰਗਲਾਂ ਦੇ ਵਿੱਚ ਮੈਂ ਕਿਹਾ ਅੱਗ ਲਾਉਣ ਦਾ ਵੱਖਰਾ ਹੀ ਨਜ਼ਾਰਾ। ਜੰਗਲਾਂ ਦੇ ਵਿੱਚ ਅੱਗ ਲਾ ਰਹੇ ਆ ਜੰਗਲ। ਠੰਡ ਬੜੀ ਸੀ ਕਿ ਅਸੀਂ ਕਿ ਅੱਗ ਉੱਗ ਸੇਕ ਲਈਏ। ਇਹ ਝਾੜੀਆਂ ਝੂੜੀਆਂ ਤੋਂ ਲਾਤੀ ਅੱਗ, ਬੜਾ ਸੇਕ ਆ, ਬੜੇ ਨਜ਼ਾਰੇ ਆ। ਮੈਂ ਕਹਿੰਦਾ ਆਹ ਵੇਖੋ ਇਹ ਸਾਰਾ ਜੰਗਲ ਹੀ ਆ, ਕੋਈ ਸ਼ੈ ਨੀ ਸੈਡ ਤੇ ਹੈ। ਇਹ ਜੰਗਲਾਂ ਦੇ ਵਿੱਚ ਘਾਹ ਬੂੜ ਆ, ਇਹ ਪਹਿਲੇ ਇੱਥੇ ਲਾਇਆ ਸੀ। ਆਹ ਵੇਖੋ ਕਾਲਾ ਕਾਲਾ ਨਜ਼ਰ ਆ ਰਿਹਾ, ਇਹਨੂੰ ਵੀ ਅੱਗ ਲਾਈ ਹੋਵੇ, ਇੱਥੇ ਲਾਈ, ਬੜਾ ਨਜ਼ਾਰਾ ਆ ਰਿਹਾ। ਮੈਂ ਕਹਿੰਦਾ ਅੱਗ ਲਾ ਕੇ ਕਿਉਂ ਬਈ, ਬਹੁਤ ਬਹੁਤ ਹੁਣ ਸੇਕ, ਫੁੱਲ ਸੇਕ ਇਸ ਟਾਈਮ ਮਿਲ ਰਿਹਾ, ਫੁੱਲ ਸੇਕ। ਨਹਿਰ ਦੇ ਸਾਈਡ ਤੇ ਨਾ ਝਾੜੀਆਂ ਝੂੜੀਆਂ ਜੰਗਲ ਜਿਹਾ ਹੈ, ਤੇ ਅੱਗ ਅੱਗ ਬਾਲ ਕੇ ਸੇਕਣੇ ਆ। ਜੋ ਹੁਣ ਆਪਣਾ ਸ਼ਿਕਾਰੀ ਆਏ ਨਾ, ਸ਼ਿਕਾਰੀ ਸ਼ਿਕਾਰੀ ਆ, ਸ਼ਿਕਾਰੀ ਹੈ, ਮੱਛੀ ਵਾਲੇ ਸ਼ਿਕਾਰੀ ਹੈ। ਉਹਦੇ ਕੱਪੜੇ ਕੁਪੜੇ ਬਦਲਦੇ ਹੋਣੇ ਸ਼ਿਕਾਰੀ, ਸੇਕ ਬੜਾ ਯਾਰ। ਅੱਗ ਉੱਗ ਸੇਕ ਲਈ ਆ, ਹੁਣ ਜਾਂਦੇ ਆ ਬਾਕੀ ਸ਼ਿਕਾਰਿਆਂ ਕੋ। ਆਇਓ ਆਇਓ ਜੀ ਆਇਓ, ਸ਼ਿਕਾਰੀਆਂ ਕੋ ਜਾਂਦੇ ਆ। ਸ਼ਿਕਾਰੀ ਨਹਿਰ ਚ ਬੜੇ ਸੀ, ਮੈਂ ਕਿਹਾ ਪਤਾ ਕਰ ਲਈਏ ਸ਼ਿਕਾਰੀ ਕੀ ਬਣਿਆ ਸ਼ਿਕਾਰੀਆਂ ਦਾ। ਉਹ ਸ਼ਿਕਾਰੀ ਖਲੋਤੇ ਆ ਹਜੇ ਤੱਕ, ਪਤਾ ਨੀ ਕੀ ਕਰੀ ਜਾਂਦੇ ਆ। ਜਾ ਕੇ ਦੇਖਦੇ ਆ ਸ਼ਿਕਾਰੀਆਂ ਨੂੰ ਪੁੱਛਦੇ ਆ। ਉਹ ਦੇਖੋ ਸ਼ਿਕਾਰੀ ਨਜ਼ਰ ਆ ਰਹੇ ਆ, ਆ ਰਹੇ ਸ਼ਿਕਾਰੀ ਨਜ਼ਰ। ਸ਼ਿਕਾਰੀਆਂ ਨੇ ਇੱਕੋ ਬੋਲੇ ਦੇ ਵਿੱਚ ਜਾਲ ਜੂਲ ਸਾਰੇ ਪਾਲੇ ਆ, ਹੈਂ। ਤੇ ਨਹਿਰ ਤੇ ਆਏ ਸੀ, ਉਹ ਦੱਸਣਾ ਨਹਿਰ ਬੰਦ ਹੋਈ ਨੂੰ ਕਾਫੀ ਦਿਨ ਹੋ ਗਏ ਆ, ਤੇ ਅੱਜ ਫੇਰ ਨਿਕਲੇ ਸੀ। ਲੇਕਿਨ ਕਾਫੀ ਮਿਹਨਤ ਕੀਤੀ ਆ ਤੇ, ਲੇਕਿਨ ਨਾ ਕੋਈ ਮੱਛੀ ਨਹੀਂ ਲੱਗੀ, ਠੰਡ ਤੇ ਮਰ ਗਏ ਆ। ਇਸ ਵਜ੍ਹਾ ਤੋਂ ਫਿਰ ਉਧਰਲੇ ਪਾਸੇ ਨਾ ਉਹ ਅੱਗ ਉੱਗ ਲਾ ਕੇ ਨਾ ਤੇ ਫਿਰ ਅਸੀਂ ਲੱਗੇ ਰਹੇ ਆ। ਆਹੋ ਹੁਣ ਸਾਰਿਆਂ ਨੇ ਆਪਣੇ ਗਿੱਲੇ ਕੱਪੜੇ ਲਾ ਕੇ ਸੁੱਕੇ ਕੱਪੜੇ ਪਾ ਰਹੇ ਆ, ਤੇ ਹੁਣ ਉੱਪਰ ਆਉਂਦੇ ਆ ਤੇ ਉਹਨਾਂ ਨੂੰ ਨਾਲੇ ਅੱਗ ਉੱਗ ਸੁਕਾਉਂਦੇ ਆ। ਝਾੜੀਆਂ ਝੂੜੀਆਂ ਬਾਲ ਦੇਣੀਆਂ ਅੱਜ ਸਾਰੀਆਂ ਹੀ, ਨਹਿਰ ਦੀਆਂ ਸਾਰੀਆਂ ਬਾਲ ਦੇਣੀਆਂ ਵਾ। ਆਹ ਤੇ ਉਹ ਦੇਖੋ ਆਇਓ ਹੁਣ ਦੋਸਤੋ, ਨਹਿਰ ਥੱਲੇ ਜਾਂਦੇ ਆ। ਧਿਆਨ ਨਾ ਹੀ ਧਿਆਨ ਨਾ ਦੇਖਣਾ ਪੈ। ਨਹਿਰ ਦੇ ਵਿੱਚ ਆ ਗਏ, ਨਹਿਰ ਹੁਣ ਸਾਰੀ ਸੁੱਕੀ ਪਈ ਆ। ਇਧਰੋਂ ਕਿਸੇ ਜਗ੍ਹਾ ਪਾਣੀ ਹੈਗਾ, ਕਿਸੇ ਜਗ੍ਹਾ ਨਹੀਂ ਹੈਗਾ। ਹੁਣ ਨਾ ਸ਼ਿਕਾਰੀਆਂ ਕੋਲ ਜਾਂਦੇ ਆ। ਆਈ ਬੋੜੇ ਦੇ ਵਿੱਚ ਮਛਲੀਆਂ ਮਛਲੀ ਫੜ ਲਈ, 3.5 ਕਿਲੋ ਤੇ 1.5 ਕਿਲੋ ਦਾ ਦਾਣਾ ਜੀ। ਅੱਛਾ ਚਲੋ, ਆਹ ਸ਼ਿਕਾਰੀ ਉਹਨੂੰ ਉੱਤੇ ਚੜ੍ਹਦੇ ਆ, ਨਹਿਰ ਬਹੁਤ ਡੂੰਗੀ ਹੈ ਨਾ, ਚੜ੍ਹਾਈ ਉੱਤੇ ਆ। ਬੋਰਾ ਐਡਾ ਭਾਰਾ ਨੀ ਚੱਕਿਆ ਜਾਂਦਾ ਇਹਨਾਂ ਕੋ। ਅੱਗੇ ਆਇਆ ਚਲੋ ਜੀ ਚਲੋ, ਬੋਰਾ ਨੀ ਚੱਕ ਹੁੰਦਾ ਹੈ, ਕਿੰਨ ਬੰਨੇ ਤੁਸੀਂ ਆ। ਆਇਓ ਜੀ ਮਗਰ ਆਇਓ, ਸਰਦੀ ਬਹੁਤ ਜ਼ਿਆਦਾ ਵਾ। ਸਰਦੀ ਦੀ ਵਜ੍ਹਾ ਨਾਲ ਵਿਜ਼ਟ ਤੇ ਆਏ ਸੀਗੇ, ਬਸ ਥੱਲਿਆਂ ਨੇ ਦੇ ਦਿੱਤੀ ਆ 5-4 ਕਿਲੋ। ਅਸੀਂ ਕਿਹਾ ਬਸ ਹੁਣ ਬੱਸ ਨੀ ਚੱਲਦਾ ਹੈਗਾ, ਪਾਣੀ ਸੀਗਾ ਜੀ ਇਹਨਾਂ ਨਾਲ, ਅੱਜ ਉਸ ਦਿਨ ਸੀ ਇਹਨਾਂ ਨਾਲ, ਕੋ ਸੂਰਜ ਵੀ ਸੀਗਾ, ਅੱਜ ਸੂਰਜ ਹੈ ਨੀ ਤੇ ਸਰਦੀ ਬਹੁਤ ਜ਼ਿਆਦਾ, ਤੇ ਆਇਓ ਅੱਗ ਸੁਕਾਈਏ ਤੁਹਾਨੂੰ। ਆਇਓ ਜੀ ਰੋਮੀਓ ਸਟਾਰਟ ਹੋ ਦਰਾ। ਹੁਣ ਅੱਗ ਉੱਗ ਲਾ ਲਈ ਆ, ਅੱਗ ਉੱਗ ਲਾ ਕੇ ਹੁਣ ਅੱਗ ਸੇਕਣ ਦੇ ਸਾਰੇ। ਮੈਦਾਨੀ ਏਰੀਆ, ਜੰਗਲ ਹੀ ਜੰਗਲ। ਦਿਖਾਓ ਜੀ ਜੰਗਲ ਇਹਨਾਂ ਨੂੰ, ਐਨੂੰ ਦਿਖਾਓ, ਐਨੂੰ ਦਿਖਾਓ, ਐਂ ਜਰਾ ਘੁਮਾ ਕੇ ਦਿਖਾ।
ਸਾਰਾ ਜੰਗਲ ਹੀ ਜੰਗਲ ਆ। सारे जंगल ही पैसे भी मिलते ये जी सारे शिकारी होने ना अग दे मगर मगर आ सारे बुगे सारिया ने नहर दे है ठीक बड़ा वैसे एक गल है इन्हों का अग अगू ठेक रही है ना। चलो हम मेरे नार किन्ने जाना वा चलो तुम छड़ के आवा तू चल जा नार कहने जाना मेरे तू जाना होर कंडिया ने मेनू फड़ लिया हो बोरा जालदा भी आ मच्छी भी पकौड़ी जा आ गया ये वो सारा जाल जूल का बोरा एक पास कर लिया ना हम तीन बंदे दो बंदे एक जाल वो ला के आवांगा फिर उस बाद फिर चार बंदे ला के जावांगा अगे आया अगे आया बोरा वा दो बंदे ते एक बोरा एक गड्डी है साढ़े कोल एक गड्डी है अजे मैं छोने अजे मैं बाद फिर वापसी फिर मैं आ जाना वा सर जी बहुत अग उग सेक ली है बाकी ठंड फिर है हवा हवू चलन दी सी क्यों जी इदा इदा ही सी ठंड ठुंड लगती सी बहुत ज्यादा अच्छा इदा बहुत ज्यादा चलो जी सारी वेख ली है बड़ा सानू मजा आया हूं जाने घर गड्डी एक बंदा वेख लो कि हूं सोचने तो करना की है हूं शिकार का टाइम नहीं है मगरों का टाइम हो गया बहुत ज्यादा हो गई है जिस वजह तो असि हूं शिकार रोक दिता हूं अल्लाह रखे खैर अगली वीडियो तुम मिलेंगे नैक्सट वीडियो च कल इंशाला जे सूरज निकल आता तो तुम हजे भी असं पानी च डुबे नजर आना सी बस बस हो गई पीपनी पीपनी हो गई साड़ी चलो जी चलो जी ओके जी।